ਸਭ ਨੂੰ ਸਤ ਸ੍ਰੀ ਅਕਾਲ ਜੀ ਤੇ ਦੋਸਤੋ ਹਰ ਲੜਕੀ ਦਾ ਇੱਕ ਖੁਆਬ ਹੁੰਦਾ ਹੈ ਕਿ ਉਸਦੇ ਸੁਪਨਿਆਂ ਦਾ ਰਾਜਕੁਮਾਰ ਜਿਹੜਾ ਹੈ ਉਸ ਨੂੰ ਜਦੋਂ ਵਿਆਹਣ ਆਵੇ ਬੈਂਡ ਵਾਜਿਆਂ ਨਾਲ ਬਰਾਤੀਆਂ ਨਾਲ ਤੇ ਉਹ ਇੰਨੇ ਸੋਹਣੇ ਢੰਗ ਨਾਲ ਆਵੇ ਤੇ ਉਸਦੇ ਬਾਬਲ ਦੇ ਦਰ ਤੋਂ ਉਸ ਨੂੰ ਵਿਆਹ ਕੇ ਡੋਲੀ ਪਾ ਕੇ ਲੈ ਜਾਵੇ ਤੇ ਉਹ ਉਸ ਲਈ ਜਿਹੜਾ ਪਾਲੇ ਉਹ ਇੱਕ ਹਮੇਸ਼ਾ ਲਈ ਯਾਦਗਾਰੀ ਹੋ ਨਿਭੜੇ ਪਰ ਅੱਜ ਜਿਹੜੇ ਵਿਆਹ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਆ ਇਹ ਵਿਆਹ ਹੋ ਰਿਹਾ ਹੈ ਜੇਲ੍ਹ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਇੱਕ ਵਿਲੱਖਣ ਕਿਸਮ ਦਾ ਮਾਮਲਾ ਪੁੱਜਿਆ ਦੂਰੇ ਕਤਲ ਕੇਸ ਚ ਫਸੇ ਇੱਕ ਗੈਂਗਸਟਰ ਵੱਲੋਂ ਵਿਆਹ ਲਈ 1 ਮਹੀਨੇ ਦੀ ਛੁੱਟੀ ਮੰਗੀ ਗਈ ਪਰ ਹਾਈ ਕੋਰਟ ਨੇ ਵਿਆਹ ਦੀ ਰਸਮ ਜੇਲ੍ਹ ਦੇ ਅੰਦਰ ਹੀ ਪੂਰੀ ਕਰਨ ਦੀ ਇਜਾਜ਼ਤ ਦਿੱਤੀ ਇਸੇ ਸਬੰਧ ਚ ਨਾਭਾ ਜੇਲ੍ਹ ਕੰਪਲੈਕਸ ਚ ਲਾਵਾਂ ਲਿਆਂ ਜਾਣੀਆਂ ਨੇ ਅਸਲ ਦੇ ਵਿੱਚ ਮਨਦੀਪ ਸਿੰਘ ਤਰੂ ਨਾਮੀ ਇੱਕ ਬੰਦੇ ਵੱਲੋਂ ਮੋਗਾ ਜ਼ਿਲ੍ਹੇ 'ਚ ਇੱਕ ਸਰਪੰਚ ਤੇ ਉਸਦੇ ਗਨਮੈਨ ਦੇ ਦੂਰੇ ਕਤਲ ਕੇਸ 'ਚ ਨਾਭਾ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਘਟ ਰਹੀ ਹੈ ਤੇ ਉਸ ਨੂੰ ਜੇਲ੍ਹ 'ਚ ਬੈਠਿਆਂ 10 ਸਾਲ ਹੋ ਵੀ ਚੁੱਕੇ ਨੇ ਉਸ ਨੇ ਪਹਿਲਾਂ ਸਾਲ 2016 'ਚ ਵਿਆਹ ਲਈ ਛੁੱਟੀ ਮੰਗੀ ਸੀ ਪਰ ਪੁਲਿਸ ਵੱਲੋਂ ਗਲਤ ਰਿਪੋਰਟ ਦੇਣ ਕਾਰਨ ਉਸ ਨੂੰ ਇਜਾਜ਼ਤ ਨਹੀਂ ਮਿਲੀ ਤੇ ਹੁਣ ਉਸ ਨੇ ਮੁੜ ਅਰਜੀ ਦੇ ਕੇ ਇੱਕ ਮਹੀਨੇ ਦੀ ਛੁੱਟੀ ਮੰਗੀ ਤਾਂ ਪ੍ਰਸ਼ਾਸਨ ਦੀ ਰਿਪੋਰਟ ਆਈ ਕਿ ਵਿਆਹ ਦਾ ਇੰਤਜ਼ਾਮ ਜੇਲ੍ਹ ਵਿੱਚ ਹੀ ਕੀਤਾ ਜਾ ਸਕਦਾ ਹੈ ਪਰ ਉਸ ਦੇ ਮਾਪਿਆਂ ਦਾ ਮੰਨਣਾ ਸੀ ਕਿ ਸ਼ਗਨ ਵਾਲਾ ਕੰਮ ਜੇਲ੍ਹ 'ਚ ਨਹੀਂ ਸ਼ੋਭਦਾ ਲਿਹਾਜਾ ਵਿਆਹ ਬਾਹਰ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਬਾਹਰ ਸੁਰੱਖਿਆ ਇੰਤਜ਼ਾਮਾਂ ਦਾ ਖਰਚਾ ਆਪ ਚੁੱਕ ਲੈਣ ਲਈ ਤਿਆਰ ਨੇ ਪਰ ਇਸ ਦੇ ਨਾਲ ਜੇਲ੍ਹ ਅਥਾਰਟੀ ਨੇ ਇਹ ਕਿਹਾ ਕਿ ਜੇਲ੍ਹ ਕੰਪਲੈਕਸ 'ਚ ਜੇਲ੍ਹ ਸਟਾਫ ਦੇ ਜਿਹੜੇ ਰਿਹਾਇਸ਼ੀ ਕੁਆਰਟਰ ਬਣੇ ਹੋਏ ਨੇ ਇੱਥੇ ਇੱਕ ਜਿਹੜਾ ਗੁਰਦੁਆਰਾ ਵੀ ਸਜੋਬਤ ਹੈ ਤੇ ਮਨਦੀਪ ਦੇ ਮਾਪੇ ਇਸ ਗੁਰਦੁਆਰੇ 'ਚ ਵਿਆਹ ਕਰ ਲਈ ਹੁਣ ਰਾਜੀ ਹੋਏ ਨੇ ਇਸੇ ਤੇ ਹਾਈ ਕੋਰਟ ਨੇ ਜੇਲ ਕੰਪਲੈਕਸ ਦੇ ਗੁਰਦੁਆਰੇ 'ਚ ਵਿਆਹ ਕਰਵਾਉਣ ਲਈ ਹੁਣ ਮਨਦੀਪ ਸਿੰਘ ਨੂੰ 6 ਘੰਟਿਆਂ ਲਈ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਹੈ ਤੇ ਨਾਲ ਹੀ ਇਹ ਵੀ ਕਿ ਕਿਉਂਕਿ ਵਿਆਹ ਜੇਲ ਕੰਪਲੈਕਸ 'ਚ ਹੋਣਾ ਹੈ ਤੇ ਇਸ ਲਈ ਮਨਦੀਪ ਵੱਲੋਂ ਸੁਰੱਖਿਆ ਦਾ ਖਰਚ ਦੇਣ ਦੀ ਹੁਣ ਲੋੜ ਨਹੀਂ ਤੇ ਦੋਸਤੋ ਇਸ ਇੱਕ ਵਿਆਹ ਜਿਹੜਾ ਅਜੀਬ ਕਿਸਮ ਦਾ ਹੋਣ ਜਾ ਰਿਹਾ ਉਸ ਦੇ ਬਾਰੇ ਚ ਗੱਲਬਾਤ ਦਿਓ ਯਾਜਤ ਬਹੁਤ ਬਹੁਤ ਧੰਨਵਾਦ